ਆਂਡਿਆਂ ਨੂੰ ਲੈ ਕੇ ਚੱਲੀਆਂ ਧੜ ਧੜ ਗੋਲੀਆਂ। ਵੇਖੋ ਕਿਵੇਂ ਹਮਲਾਵਰਾਂ ਨੇ ਅਹਾਤੇ ਤੇ ਕੀਤੀ ਭੰਨ ਤੋੜ। ਮੌਕੇ ਦੀ ਵੀਡੀਓ ਆਈ ਸਾਹਮਣੇ। ਦੱਸਦੇ ਕਿ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਆਂਡਿਆਂ ਨੂੰ ਲੈ ਕੇ ਇੱਕ ਅਹਾਤੇ ਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਇਹਨਾਂ ਨੇ ਅਹਾਤੇ ਤੇ ਕੰਮ ਕਰਨ ਵਾਲਿਆਂ ਨਾਲ ਕੁੱਟਮਾਰ ਕੀਤੀ ਅਤੇ ਸਮਾਨ ਦੀ ਵੀ ਭੰਨ ਤੋੜ ਕੀਤੀ ਗਈ ਤੇ ਇਸ ਸੰਬੰਧੀ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਦੇ ਕਿ ਮਾਮਲਾ ਖੰਨੇ ਦਾ, ਜਿੱਥੇ ਇੱਕ ਅਹਾਤੇ ਤੇ ਰਾਹੁਲ ਨਾਮ ਦਾ ਸ਼ਖਸ ਜੋ ਐਤਵਾਰ ਨੂੰ ਕਰੀਬ 11 ਵਜੇ ਅਹਾਤੇ ਤੇ ਆਉਂਦਾ ਹੈ ਤੇ ਸ਼ਰਾਬ ਪੀਂਦੇ ਸਮੇਂ ਅੰਡਿਆਂ ਨੂੰ ਲੈ ਕੇ ਉਸਦੀ ਬਹਿਸ ਹੋ ਜਾਂਦੀ ਹੈ। ਜਿਸ ਤੋਂ ਬਾਅਦ ਰਾਹੁਲ ਆਪਣੇ ਭਰਾ ਦਲੀਪ ਨੂੰ ਬੁਲਾ ਲੈਂਦਾ ਹੈ ਤੇ ਦਲੀਪ ਕਾਰ ਦੇ ਵਿੱਚ ਸਵਾਰ ਹੋ ਕੇ ਉੱਥੇ ਆਉਂਦਾ ਹੈ ਤੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਉੱਥੇ ਫਾਇਰ ਕਰ ਦਿੰਦਾ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਇਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਮੌਕੇ ਤੇ ਅਫਰਾ ਤਫਰੀ ਮਚ ਜਾਂਦੀ ਹੈ ਤੇ ਗੋਲੀ ਅਹਾਤੇ ਦੇ ਗੇਟ ਦੇ ਆਰ ਪਾਰ ਨਿਕਲ ਜਾਂਦੀਆਂ ਨੇ ਤੇ ਜਦੋਂ ਹਮਲਾਵਰ ਕੁੱਟਮਾਰ ਕਰ ਰਹੇ ਸੀ ਤਾਂ ਇੱਕ ਸ਼ਖਸ ਛੜਾ ਕੇ ਭੱਜ ਜਾਂਦਾ ਤੇ ਉਸ ਨੂੰ ਫੜਨ ਦੇ ਚੱਕਰ 'ਚ ਇੱਕ ਹਮਲਾਵਰ ਤਿਲਕ ਕੇ ਨੀਚੇ ਵੀ ਡਿੱਗ ਜਾਂਦਾ। ਇਸ ਸੰਬੰਧੀ DSP ਰਜੇਸ਼ ਕੁਮਾਰ ਨੇ ਕਿਹਾ ਕਿ ਸਦਰ ਥਾਣਾ ਇਲਾਕੇ ਦੇ ਵਿੱਚ ਇਹ ਘਟਨਾ ਹੋਈ ਹੈ ਤੇ ਇਰਾਦਾ ਕਤਲ ਕੇਸ ਦਰਜ ਕਰ ਲਿਆ ਗਿਆ ਤੇ ਦੋਨੋਂ ਆਰੋਪੀ ਟਰੇਸ ਹੋ ਗਏ ਨੇ ਤੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਤੇ ਇਹ ਗੱਲ ਕਲੀਅਰ ਹੋ ਗਈ ਹੈ ਕਿ ਜਿਸ ਰਿਵੋਲਵਰ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਸੀ ਉਹ ਲਾਇਸੈਂਸੀ ਰਿਵੋਲਵਰ ਸੀ। ਪਹਿਲੇ ਆਏ ਥੇ ਅੰਡੇ ਮੰਗੇ ਥੇ ਅੰਡੇ ਦੇਤੇ ਉਸਕੇ ਬਾਅਦ ਫਿਰ ਆਧਾ ਘੰਟੇ ਬਾਅਦ ਉਸਕੇ ਬਾਅਦ ਗੇਟ ਖੁਲਵਾ ਰਹੇ ਥੇ ਬੋਲ ਰਹੇ ਥੇ ਗਾਣਾ ਚਾਲੂ ਕਰੋ ਗਾਣਾ ਚਾਲ ਉਸਕੇ ਬਾਅਦ ਫਿਰ ਲਾਤ ਮਾਰਨੇ ਲਗੇ ਗੇਟ ਮੇ ਲਾਤ ਮਾਰ ਫਿਰ ਤੋੜ ਫਾੜ ਕਰ ਉਸਕੇ ਬਾਅਦ ਗਲਾ ਕਾਟ ਰਹੇ ਥੇ ਉਸਕੇ ਬਾਅਦ ਤੋੜ ਫੋੜ ਕਰਨਾ ਸ਼ੁਰੂ ਕਰ ਦਿਆ ਫਿਰ ਬੰਦੇ ਬੁਲਾਏ ਔਰ 10 ਇਕੱਠੇ ਕਰ ਲਏ ਉਸਕੇ ਬਾਅਦ ਫਿਰ ਅੰਦਰ ਫਾਇਰ ਕੀਏ ਦੋ ਫਾਇਰ ਕੀਏ ਥੇ ਔਰ ਇੱਕ ਗੇਟ ਪਰ ਲਗਾਏ ਇੱਕ ਬਾਹਰ ਫਿਰ ਅੰਦਰ ਅੰਦਰ ਜਾ ਕੇ ਫਿਰ ਇੱਕ ਬੰਦੇ ਕੇ ਲੱਗ ਗਏ ਸਿਰ ਫਾੜ ਦਿੱਤੀ। ਕਿਸਕੋ ਚੋਟ ਆਈ ਹੈ? ਇੱਕ ਮੇਰੇ ਨਾਲ ਕਾ ਮੁੰਡਾ ਹਾਥੇ ਤੇ ਇੱਕ ਮੁੰਡਾ ਰਾਹੁਲ ਨਾਂ ਦਾ ਗਿਆ ਸੀਗਾ ਕਰੀਬ 11:15 ਵਜੇ। ਉਹ ਅਕਸਰ ਉੱਥੇ ਜਾਂਦਾ ਜਾਂਦਾ ਵਾ, ਰਾਤ ਵੀ ਗਿਆ ਸੀ, ਸ਼ਰਾਬ ਪੀਣ ਦੌਰਾਨ ਉਹਦੀ ਆਪਸ ਵਿੱਚ ਬਹਿਸ ਹੋਈ ਹੋ ਗਿਆ। ਇਹਦੇ ਕਹਿਣ ਦੇ ਮੁਤਾਬਕ ਵੀ ਉੱਥੇ ਲੜਾਈ ਆਪ ਜਦੋਂ ਤਕਰਾਰਬਾਜ਼ੀ ਹੋਈ ਆ ਬਹਿਸ ਬਾਜੀ ਹੋਈ ਤਾਂ ਇਹਨੇ ਆਪਣੇ ਭਰਾ ਦਲੀਪ ਨੂੰ ਫੋਨ ਕਰਕੇ ਬੁਲਾ ਲਿਆ ਜਿਹੜਾ ਸਵਿਫਟ ਗੱਡੀ ਦੇ ਮੌਕੇ 'ਤੇ ਆਇਆ, ਉਹਦੇ ਕੋਲ ਲਾਇਸੈਂਸੀ ਰਿਵਾਲਵਰ ਆ, ਉਹਦੇ ਨਾਲ ਉਹਨੇ ਫਾਇਰ ਕਰ ਦਿੱਤਾ ਜਿਹੜਾ ਹਾਥੇ ਦੇ ਗੇਟ ਦੇ ਉੱਤੇ। ਇਹਦੇ 'ਤੇ ਧਾਰਾ 307 ਦੇ ਤਹਿਤ ਪਰਚਾ ਦਰਜ ਕਰਕੇ ਅਸੀਂ ਤਫਤੀਸ਼ ਅਮਲ 'ਚ ਲਿਆ ਰਹੇ ਹਾਂ। ਬੰਦੇ ਆਈਡੈਂਟੀਫਾਈ ਹੋ ਗਏ, ਲਾਇਸੈਂਸ ਵੈਪਨੀ ਕਲੀਅਰ ਹੋ ਗਿਆ, ਗੱਡੀ ਕਲੀਅਰ ਹੋ ਗਈ ਜਿੱਥੇ ਗਿਆ ਸੀਗਾ, ਅਤੇ ਜਿਹੜਾ ਬੰਦਾ ਦਾਖਲਾ ਹੈ ਕਾਲੂ ਯਾਦਵ ਉਹ ਸਿਵਲ ਹਸਪਤਾਲ ਆ, ਉਹਦੇ ਬਿਆਨ ਲਿਖ ਕੇ ਅਸੀਂ ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਆਂਡਿਆਂ ਨੂੰ ਲੈ ਕੇ ਚੱਲੀਆਂ ਧੜ ਧੜ ਗੋਲੀਆਂ। ਵੇਖੋ ਕਿਵੇਂ ਹਮਲਾਵਰਾਂ ਨੇ ਅਹਾਤੇ ਤੇ ਕੀਤੀ ਭੰਨ ਤੋੜ। ਮੌਕੇ ਦੀ ਵੀਡੀਓ ਆਈ ਸਾਹਮਣੇ। ਦੱਸਦੇ ਕਿ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਆਂਡਿਆਂ ਨੂੰ ਲੈ ਕੇ ਇੱਕ ਅਹਾਤੇ ਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਇਹਨਾਂ ਨੇ ਅਹਾਤੇ ਤੇ ਕੰਮ ਕਰਨ ਵਾਲਿਆਂ ਨਾਲ ਕੁੱਟਮਾਰ ਕੀਤੀ ਅਤੇ ਸਮਾਨ ਦੀ ਵੀ ਭੰਨ ਤੋੜ ਕੀਤੀ ਗਈ ਤੇ ਇਸ ਸੰਬੰਧੀ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਦੇ ਕਿ ਮਾਮਲਾ ਖੰਨੇ ਦਾ, ਜਿੱਥੇ ਇੱਕ ਅਹਾਤੇ ਤੇ ਰਾਹੁਲ ਨਾਮ ਦਾ ਸ਼ਖਸ ਜੋ ਐਤਵਾਰ ਨੂੰ ਕਰੀਬ 11 ਵਜੇ ਅਹਾਤੇ ਤੇ ਆਉਂਦਾ ਹੈ ਤੇ ਸ਼ਰਾਬ ਪੀਂਦੇ ਸਮੇਂ ਅੰਡਿਆਂ ਨੂੰ ਲੈ ਕੇ ਉਸਦੀ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਰਾਹੁਲ ਆਪਣੇ ਭਰਾ ਦਲੀਪ ਨੂੰ ਬੁਲਾ ਲੈਂਦਾ ਹੈ ਤੇ ਦਲੀਪ ਕਾਰ ਦੇ ਵਿੱਚ ਸਵਾਰ ਹੋ ਕੇ ਉੱਥੇ ਆਉਂਦਾ ਹੈ ਤੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਉੱਥੇ ਫਾਇਰ ਕਰ ਦਿੰਦਾ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਇਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਮੌਕੇ ਤੇ ਅਫਰਾ ਤਫਰੀ ਮਚ ਜਾਂਦੀ ਹੈ ਤੇ ਗੋਲੀ ਅਹਾਤੇ ਦੇ ਗੇਟ ਦੇ ਆਰ ਪਾਰ ਨਿਕਲ ਜਾਂਦੀਆਂ ਨੇ ਤੇ ਜਦੋਂ ਹਮਲਾਵਰ ਕੁੱਟਮਾਰ ਕਰ ਰਹੇ ਸੀ ਤਾਂ ਇੱਕ ਸ਼ਖਸ ਛੜਾ ਕੇ ਭੱਜ ਜਾਂਦਾ ਤੇ ਉਸ ਨੂੰ ਫੜਨ ਦੇ ਚੱਕਰ 'ਚ ਇੱਕ ਹਮਲਾਵਰ ਤਿਲਕ ਕੇ ਨੀਚੇ ਵੀ ਡਿੱਗ ਜਾਂਦਾ।
ਇਸ ਸੰਬੰਧੀ DSP ਰਾਜੇਸ਼ ਕੁਮਾਰ ਨੇ ਕਿਹਾ ਕਿ ਸਦਰ ਥਾਣਾ ਇਲਾਕੇ ਦੇ ਵਿੱਚ ਇਹ ਘਟਨਾ ਹੋਈ ਹੈ ਤੇ ਇਰਾਦਾ ਕਤਲ ਕੇਸ ਦਰਜ ਕਰ ਲਿਆ ਗਿਆ ਹੈ ਤੇ ਦੋਨੋਂ ਆਰੋਪੀ ਟਰੇਸ ਹੋ ਗਏ ਨੇ ਤੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਹ ਗੱਲ ਕਲੀਅਰ ਹੋ ਗਈ ਹੈ ਕਿ ਜਿਸ ਰਿਵੋਲਵਰ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਸੀ ਉਹ ਲਾਇਸੈਂਸੀ ਰਿਵੋਲਵਰ ਸੀ। ਪਹਿਲੇ ਆਏ ਥੇ ਅੰਡੇ ਮੰਗੇ ਥੇ ਅੰਡੇ ਦੇਤੇ ਉਸਕੇ ਬਾਅਦ ਫਿਰ ਆਧਾ ਘੰਟੇ ਬਾਅਦ ਉਸਕੇ ਬਾਅਦ ਗੇਟ ਖੁਲਵਾ ਰਹੇ ਥੇ ਬੋਲ ਰਹੇ ਥੇ ਗਾਣਾ ਚਾਲੂ ਕਰੋ ਗਾਣਾ ਚਾਲੂ ਉਸਕੇ ਬਾਅਦ ਫਿਰ ਲਾਤ ਮਾਰਨੇ ਲਗੇ ਗੇਟ ਮੇ ਲਾਤ ਮਾਰ ਫਿਰ ਤੋੜ ਫਾੜ ਕਰ ਉਸਕੇ ਬਾਅਦ ਗਲਾ ਕਾਟ ਰਹੇ ਥੇ ਉਸਕੇ ਬਾਅਦ ਤੋੜ ਫੋੜ ਕਰਨਾ ਸ਼ੁਰੂ ਕਰ ਦਿਆ ਫਿਰ ਬੰਦੇ ਬੁਲਾਏ ਔਰ 10 ਇਕੱਠੇ ਕਰ ਲਏ ਉਸਕੇ ਬਾਅਦ ਫਿਰ ਅੰਦਰ ਫਾਇਰ ਕੀਏ ਦੋ ਫਾਇਰ ਕੀਏ ਥੇ ਔਰ ਇੱਕ ਗੇਟ ਪਰ ਲਗਾਏ ਇੱਕ ਬਾਹਰ ਫਿਰ ਅੰਦਰ ਅੰਦਰ ਜਾ ਕੇ ਫਿਰ ਇੱਕ ਬੰਦੇ ਕੇ ਲੱਗ ਗਏ ਸਿਰ ਫਾੜ ਦਿੱਤੇ। ਤੋ ਕਿਸ ਕੋ ਚੋਟ ਆਈ ਹੈ? ਇੱਕ ਮੇਰੇ ਨਾਲ ਕਾ ਮੁੰਡਾ ਹਾਤੇ ਤੇ ਇੱਕ ਮੁੰਡਾ ਰਾਹੁਲ ਨਾਂ ਦਾ ਗਿਆ ਸੀਗਾ ਕਰੀਬ 11:15 ਵਜੇ। ਉਹ ਅਕਸਰ ਉੱਥੇ ਜਾਂਦਾ ਜਾਂਦਾ ਵਾ, ਰਾਤ ਵੀ ਗਿਆ ਸੀ, ਸ਼ਰਾਬ ਪੀਣ ਦੌਰਾਨ ਉਹਦੀ ਆਪਸ ਵਿੱਚ ਬਹਿਸ ਹੋਈ ਹੋ ਗਿਆ। ਇਹਦੇ ਕਹਿਣ ਦੇ ਮੁਤਾਬਕ ਵੀ ਉੱਥੇ ਲੜਾਈ ਆਪਸ ਜਦੋਂ ਤਕਰਾਰਬਾਜ਼ੀ ਹੋਈ ਆ ਬਹਿਸ ਬਾਜ਼ੀ ਹੋਈ ਤਾਂ ਇਹਨੇ ਆਪਣੇ ਭਰਾ ਦਲੀਪ ਨੂੰ ਫੋਨ ਕਰਕੇ ਬੁਲਾ ਲਿਆ ਜਿਹੜਾ ਸਵਿਫਟ ਗੱਡੀ ਦੇ ਮੌਕੇ 'ਤੇ ਆਇਆ। ਉਹਦੇ ਕੋਲ ਲਾਇਸੈਂਸੀ ਰਿਵਾਲਵਰ ਆ, ਉਹਦੇ ਨਾਲ ਉਹਨੇ ਫਾਇਰ ਕਰ ਦਿੱਤਾ ਜਿਹੜਾ ਹਾਤੇ ਦੇ ਗੇਟ ਦੇ ਉੱਤੇ। ਇਹਦੇ 'ਤੇ ਧਾਰਾ 307 ਦੇ ਤਹਿਤ ਪਰਚਾ ਦਰਜ ਕਰਕੇ ਅਸੀਂ ਤਫਤੀਸ਼ ਅਮਲ 'ਚ ਲਿਆ ਰਹੇ ਹਾਂ। ਬੰਦੇ ਆਈਡੈਂਟੀਫਾਈ ਹੋ ਗਏ, ਲਾਇਸੈਂਸ ਵੈਪਨ ਹੀ ਕਲੀਅਰ ਹੋ ਗਿਆ, ਗੱਡੀ ਕਲੀਅਰ ਹੋ ਗਈ ਜਿੱਥੇ ਗਿਆ ਸੀਗਾ, ਅਤੇ ਜਿਹੜਾ ਬੰਦਾ ਦਾਖਲਾ ਹੈ ਕਾਲੂ ਯਾਦਵ ਉਹ ਸਿਵਲ ਹਸਪਤਾਲ ਆ, ਉਹਦੇ ਬਿਆਨ ਲਿਖ ਕੇ ਅਸੀਂ ਕਰ ਰਹੇ ਹਾਂ।